ਚਿੱਟੇ ਪਾਉਣ ਦਾ ਟਾਈਮ ਲੱਗਦਾ ਨਹੀਂ ਹੋਣਾ। ਨਹੀਂ ਨਹੀਂ ਚਿੱਟੇ ਪਾਉਣ ਦਾ ਨਹੀਂ ਟਾਈਮ ਲੱਗਦਾ ਜੀ, ਆ ਵੀ ਮੈਂ ਅੱਜ ਡਿਊਟੀ ਜਾਣਾ ਜੀ ਤਾਂ ਥੋੜ੍ਹਾ ਜਿਹਾ ਉਹ ਕਰੀ ਬੈਠੇ ਜੀ। ਹਾਂਜੀ ਹਾਂ, ਪਰ ਐਂ ਵੀ ਕੰਮ ਦਾ ਪੂਰਾ ਸਵਾਦ ਆਉਂਦਾ ਜੀ ਕਰਨ ਦਾ। ਠੀਕ ਹੈ ਜੀ, ਮੁੰਡੇ ਵਧੀਆ ਆ ਕੇ, ਮਤਲਬ ਕੰਮ ਔਖਾ ਨਹੀਂ ਹੈਗਾ। ਨਹੀਂ ਕੰਮ ਔਖਾ ਬਹੁਤ ਆ। ਠੀਕ ਹੈ, ਹਾਂ ਹਾਰਡ ਵਰਕ ਬਹੁਤ ਆ, ਹੁਣ ਗੰਨਾ ਪਹਿਲਾਂ ਲੈ ਕੇ ਆਉਣਾ, ਫਿਰ ਧੋਣਾ ਇਹਨੂੰ ਸਾਫ਼ ਸੁਥਰਾ, ਫਿਰ ਟਰਾਲੀ ਨੂੰ ਵੀ ਜਾ ਕੇ ਸ਼ਾਮ ਨੂੰ ਐਂ ਤਾਂ ਨਹੀਂ ਵੀ ਆਪਣੇ ਐਂ ਦੇਖਣ ਨੂੰ ਸੋਹਣੀ ਲੱਗਦੀ ਹੈ ਵੀ ਹਾਂ ਖੜੇ ਹਾਂ ਵਿਹਲੇ ਏਸੀ 'ਚ। ਬੜੇ ਫਿਲਮੀ ਸਟਾਰ ਆ ਜਿਹੜੇ ਕੋਕਾ ਕੋਲਾ ਜਾਂ ਫਰੂਟੀਆਂ ਨੂੰ ਉਹ ਪ੍ਰਮੋਟ ਕਰਦੇ ਆ ਕਰੋੜਾਂ ਰੁਪਈਆ ਲੈ ਕੇ, ਪਰ ਗੰਨੇ ਨੂੰ ਕੋਈ ਪ੍ਰਮੋਟ ਨਹੀਂ ਕਰਦਾ ਨਾ ਉਹਦੀ ਪ੍ਰਮੋਸ਼ਨ ਦਾ, ਫਾਰਮਰਾਂ ਕੋਲੇ ਪੈਸਾ। ਪਰ ਜਿਹੜੇ ਵੀਰਾਂ ਨੇ ਇਹੋ ਜਿਹਾ ਕੰਮ ਕੀਤਾ ਹੋਇਆ ਤਾਂ ਆਪਾਂ ਨੂੰ ਸਾਰਿਆਂ ਨੂੰ ਮਿਲ ਕੇ ਉਹਨਾਂ ਨੂੰ ਸਪੋਰਟ ਕਰਨੀ ਚਾਹੀਦੀ ਆ। ਕਿਸਾਨ ਭਰਾਵੋ ਸਤਿ ਸ਼੍ਰੀ ਅਕਾਲ, ਮੈਂ ਪ੍ਰਗਟ ਸਿੰਘ ਫਸਲਾਂ ਦੀ ਜਾਣਕਾਰੀ ਤੋਂ। ਜਿੱਥੇ ਵੀ ਆਪਾਂ ਨੂੰ ਕੋਈ ਮਿਹਨਤੀ ਕਿਸਾਨ ਭਰਾ ਮਿਲਦਾ, ਨੌਜਵਾਨ ਹੈ, ਬਜ਼ੁਰਗ ਹੈ, ਜੋ ਵੀ ਹੈ, ਆਪਾਂ ਨੂੰ ਉਹਦੇ ਕੋਲ ਸਿੱਖਣ ਨੂੰ ਮਿਲਦਾ ਤਾਂ ਆਪਾਂ ਉਹਦੇ ਕੋਲ ਪਹੁੰਚੇ ਹੁੰਦੇ ਹਾਂ। ਪਰ ਅੱਜ ਅਸੀਂ ਸਰਹੰਦ ਆਏ ਹੋਏ ਸੀ, ਕਾਫੀ ਟਾਈਮ ਤੋਂ ਗੱਲਬਾਤ ਹੁੰਦੀ ਸੀ, ਅਸੀਂ 2-3 ਵਾਰ ਪਹਿਲਾਂ ਵੀ ਗੇੜੇ ਲਾ ਕੇ ਗਏ ਹਾਂ ਬਾਈ ਕੋਲੇ, ਹਰਦੀਪ ਜਿਨ੍ਹਾਂ ਦਾ ਪਿੰਡ ਜਲੂਰ ਆ, ਅਤੇ ਸਰਹੰਦ ਤੋਂ ਪਟਿਆਲਾ ਰੋਡ 'ਤੇ ਇਹਨਾਂ ਦੀ ਜੂਸ ਟਰੋਲੀ ਲੱਗੀ ਹੁੰਦੀ ਹੈ, ਜਿਹਦੇ ਵਿੱਚ ਗੰਨੇ ਦੇ ਰਸ ਤੋਂ ਕਈ ਪ੍ਰਕਾਰ ਦੇ ਇਹ ਹੋਰ ਰਸ ਤਿਆਰ ਕਰਕੇ ਅਤੇ ਪਬਲਿਕ ਨੂੰ ਦਿੰਦੇ ਆ। ਕਿਉਂਕਿ ਮਾਰਕੀਟ ਦੇ ਵਿੱਚ ਬਿਜ਼ਨਸ ਬਹੁਤ ਚੀਜ਼ਾਂ ਦੇ ਵਿੱਚ ਆ, ਪਰ ਜਿਹੜਾ ਬਿਜ਼ਨਸ ਖੇਤਾਂ ਦੇ ਨਾਲ ਜੁੜਾ ਹੋਇਆ, ਜਿਹੜੇ ਬਿਜ਼ਨਸ ਦੇ ਵਿੱਚ ਚੰਗੇ ਪੈਸੇ ਕਮਾਏ ਜਾ ਸਕਦੇ ਆ, ਤਾਂ ਉਹ ਇਹ ਕਰਨ ਲੱਗੇ ਹੋਏ, ਉਹਨਾਂ ਨਾਲ ਆਪਾਂ ਜਾਣਕਾਰੀ ਗੱਲਾਂ ਰਾਹੀਂ ਵੀ ਪ੍ਰਾਪਤ ਕਰਾਂਗੇ। ਪਰ ਇੱਥੋਂ ਗੱਲ ਮੈਂ ਤੁਹਾਨੂੰ ਇੱਕ ਹੋਰ ਐਡ ਕਰਨੀ ਚਾਹਾਂਗਾ ਕਿ ਇਹ ਖੁਦ ਜੌਬ ਵੀ ਕਰ ਰਹੇ ਆ, ਅਤੇ ਇਹਨਾਂ ਦੇ ਪਾਰਟਨਰ ਨਾਲ ਮਿਲ ਕੇ ਇਹ ਆ ਇਸ ਵੈਨ ਨੂੰ ਵੀ ਚਲਾ ਰਹੇ ਆ। ਜਿਹੜੇ ਕਿਸਾਨ ਜਾਂ ਖੇਤੀ ਨਾਲ ਜੁੜੇ ਹੋਏ ਲੋਕ ਬਾਹਰ ਜਾਣ ਦਾ ਸ਼ੌਂਕ ਰੱਖਦੇ ਆ, ਕਾਫੀ ਪੈਸਾ ਇਨਵੈਸਟ ਕਰਕੇ ਜਾਂਦੇ ਆ, ਅਤੇ ਉਹਨਾਂ ਨੇ ਪੈਸਾ ਵਾਪਸ ਨਹੀਂ ਲਿਆਉਣਾ ਹੁੰਦਾ, ਪਰ ਕਈ ਟਾਈਮ ਬਾਅਦ ਉਹਨਾਂ ਨੂੰ ਸ਼ਾਇਦ ਸਫਲਤਾ ਮਿਲਦੀ ਹੈ ਬਹੁਤ ਜ਼ਿਆਦਾ ਮੁਸ਼ੱਕਤ ਕਰਨ ਤੋਂ ਬਾਅਦ। ਪਰ ਬਾਈ ਵਰਗਿਆਂ ਨੇ ਕੀ ਹੁਣ ਤੱਕ ਰਿਜ਼ਲਟ ਕੱਢਿਆ ਆਪਾਂ ਉਹਨਾਂ ਨਾਲ ਗੱਲਬਾਤ ਕਰਕੇ ਜਾਣਦੇ ਹਾਂ। ਸਤਿ ਸ਼੍ਰੀ ਅਕਾਲ ਵੀਰ। ਸਤਿ ਸ਼੍ਰੀ ਅਕਾਲ ਵੀਰ। ਬਾਈ ਜੀ, ਪਹਿਲਾਂ ਤਾਂ ਤੁਸੀਂ ਥੋੜ੍ਹਾ ਜਿਹਾ ਆਪਣੇ ਬਾਰੇ ਇੰਟਰੋਡਕਸ਼ਨ ਦਿਓ। ਹਾਂਜੀ, ਮੇਰਾ ਨਾਮ ਹਰਦੀਪ ਸਿੰਘ ਹੈ ਜੀ, ਬਰਨਾਲੇ ਤੋਂ ਮੇਰਾ ਪਿੰਡ ਜਲੂਰ ਹੈ ਜੀ। ਠੀਕ ਹੈ। ਅਤੇ ਮੈਂ ਇੱਥੇ ਫਤਿਹਗੜ੍ਹ ਸਾਹਿਬ ਹੀ ਰਹਿਣਾ, ਇੱਥੇ ਕੋਕਾ ਕੋਲਾ ਕੰਪਨੀ 'ਚ ਜੋਬ ਕਰਦਾ, ਅਤੇ ਪਾਰਟ ਟਾਈਮ ਆਪਾਂ ਜੂਸ ਦਾ ਕੰਮ ਕੀਤਾ। ਠੀਕ ਹੈ ਬ੍ਰਦਰ, ਤੁਸੀਂ ਇਹ ਰੋਡ ਦੇ ਉੱਤੇ ਜੂਸ ਵਾਲੀ ਲਾਈ ਹੋਈ ਹੈ, ਆਮ ਜ਼ਿਮੀਦਾਰ ਇਹ ਕੰਮ ਨਹੀਂ ਕਰਦੇ ਹੈਗੇ। ਪਹਿਲਾਂ ਬਾਈ ਸੰਦੀਪ ਨੇ ਨਾਭੇ ਕੀਤਾ ਹੋਇਆ ਜਿਹੜਾ ਬਹੁਤ ਸਕਸੈਸਫੁਲੀ ਚੱਲ ਰਿਹਾ, ਉਹ ਤੋਂ ਹੀ ਦੇਖ ਕੇ ਕੀਤਾ ਸੀ ਬਾਈ ਮੈਂ। ਹਾਂਜੀ, ਸੰਦੀਪ ਤੋਂ ਹੀ ਦੇਖ ਕੇ ਕੀਤਾ ਜੂਸ ਦਾ ਕੰਮ ਗੰਨੇ ਤੋਂ। ਠੀਕ ਹੈ ਜੀ। ਹਾਂਜੀ ਹਾਂਜੀ। ਅਤੇ ਜਿਹੜਾ ਇਹ ਮਤਲਬ ਆਈਡੀਆ ਆਇਆ ਵੀ ਇਸ ਕੰਮ ਦੇ ਵਿੱਚ ਇਨਵੈਸਟਮੈਂਟ ਵੀ ਹੈਗੀ ਆ, ਕੰਮ ਸ਼ੁਰੂ ਕਰਨਾ, ਟਰੈਕਟਰ ਆਪਣੇ ਕੋਲ ਹੁੰਦਾ ਜੇ, ਸਿਸਟਮ ਬਣਾਉਣਾ, ਮਸ਼ੀਨਾਂ ਲਾਉਣੀਆਂ, ਘੱਟੋ ਘੱਟ 10-12 ਲੱਖ ਰੁਪਇਆ ਲੱਗਦਾ। ਤੁਸੀਂ ਜੋਬ ਪਹਿਲਾਂ ਹੀ ਕਰ ਰਹੇ ਹੋ, ਅਤੇ ਜੋਬ ਦੇ ਨਾਲ ਨਾਲ ਇਹ ਕੰਮ ਕਰਨਾ, ਲੋਕੀ ਜੋਬ ਛੱਡ ਕੇ ਤਾਂ ਕਰ ਸਕਦੇ ਪਰ ਨਾਲ ਨਾਲ ਕੰਮ ਕਰਨਾ ਬਹੁਤ ਔਖਾ ਜੀ। ਅਸੀਂ 2 ਪਾਰਟਨਰ ਹਾਂ ਜੀ, ਤਾਂ ਸ਼ਿਫਟ ਵਾਈਜ਼ ਡਿਊਟੀ ਚੱਲਦੀ ਆ, 2 ਮੁੰਡੇ ਰੱਖੇ ਹੋਏ ਆ ਤਾਂ ਚਲਾਈ ਜਾਂਦੇ ਹਾਂ, ਅਤੇ ਕਿਤੇ ਉਹ ਆਉਂਦਾ ਕਿਤੇ ਮੈਂ ਚੱਲੀ ਜਾਂਦਾ ਜੀ ਕੰਮ। ਠੀਕ ਹੈ ਜੀ। ਕਿੰਨਾ ਕੁ ਟਾਈਮ ਹੋ ਗਿਆ ਕੰਮ ਸ਼ੁਰੂ ਕਰੇ ਨੂੰ? ਹੋ ਗਿਆ ਜੀ 2 ਮਹੀਨੇ ਹੋ ਗਏ ਜੀ। ਠੀਕ ਹੈ ਜੀ। ਹਾਂਜੀ। ਅਤੇ ਜਿਵੇਂ ਆਪਾਂ ਦੇਖਿਆ ਵੀ ਜੋਬ ਦੇ ਵਿੱਚ ਵੀ ਬਹੁਤ ਜ਼ਿਆਦਾ ਸੰਘਰਸ਼ ਕਰਨਾ ਪੈਂਦਾ, ਹਾਰਡ ਵਰਕ ਕਰਨਾ ਪੈਂਦਾ, ਫਿਰ ਆਪਾਂ ਨੂੰ ਜਾ ਕੇ ਵਧੀਆ ਪੈਸੇ ਮਿਲਦੇ ਆ। ਆਪਣਾ ਆਪਦੇ ਕੰਮ ਦੇ ਵਿੱਚ ਜਿੰਨਾ ਚਿਕਰ ਆਪਾਂ ਨੂੰ ਮਿਹਨਤ ਦੇ ਨਾਲ ਪੈਸਾ ਇਕੱਠਾ ਨਹੀਂ ਹੁੰਦਾ, ਉਹਨਾਂ ਚਿਕਰ ਥਕਾਵਟ ਵੀ ਬੰਦੇ ਦੀ ਨਹੀਂ ਲੈਂਦੀ ਹੈਗੀ। ਇਸ ਕੰਮ ਦੇ ਵਿੱਚ ਲੋਕਾਂ ਦਾ ਰਿਸਪੋਂਸ ਕੀ ਮਿਲ ਰਿਹਾ? ਲੋਕਾਂ ਦਾ ਬਹੁਤ ਵਧੀਆ ਜੀ, ਬਹੁਤ ਜਾ ਕੇ ਹਰੇਕ ਹੀ ਕਹਿੰਦੇ ਵੀ ਖੇਤੀ ਦੇ ਨਾਲੋਂ ਅਲੱਗ ਕੰਮ ਕਰੋ ਵਧੀਆ ਜੀ, ਨਾਲ ਨਾਲ ਜੋਬ ਦੇ ਨਾਲ ਕੰਮ ਇਹ ਵੀ ਚੱਲੀ ਜਾਂਦਾ, ਵਧੀਆ ਚੱਲੀ ਜਾਂਦਾ ਜੀ। ਠੀਕ ਹੈ ਜੀ। ਹਾਂਜੀ ਹਾਂਜੀ। ਅਤੇ ਤੁਸੀਂ ਇਹਦੇ ਵਿੱਚ ਕੀ ਕੀ ਤਿਆਰ ਕਰਦੇ ਹੋ ਜਿਹੜਾ ਪਬਲਿਕ ਨੂੰ ਤੁਸੀਂ ਡਿਮਾਂਡ ਪੂਰੀ ਕਰ ਸਕੋ? ਇਹਦੇ 'ਚ ਜਿਹੜਾ ਗੰਨੇ ਦਾ ਰਸ ਆਪਣਾ ਉਹ ਬਿਨਾਂ ਬਰਫ ਤੋਂ ਆ, ਠੀਕ ਆ, ਔਰਗੈਨਿਕ ਆਪਣਾ, ਮੰਨ ਲਓ ਵੀ ਆਪਣਾ ਜਿਹੜਾ ਪਾਈਨਐਪਲ ਹੋ ਗਿਆ, ਮੈਂਗੋ, ਸਟ੍ਰੋਬਰੀ, ਚੋਕਲੇਟ, ਕੋਲਡ ਕਾਫੀ, ਇਹ ਸਾਰੇ ਗੰਨੇ ਦੇ ਰਸ 'ਚ ਹੀ ਬਣਾਈ ਦੇ ਆ, ਅਤੇ ਸੇਕ ਦੁੱਧ ਦੇ ਵਿੱਚ ਵੀ ਬਣਾਈ ਦੇ ਆ ਜੀ। ਮਤਲਬ ਉਹਨਾਂ ਦਾ ਬੇਸ ਆ ਜਿਹੜਾ ਉਹ ਗੰਨੇ ਦਾ ਰਸ ਹੀ ਹੁੰਦਾ? ਹਾਂਜੀ। ਕਿਸਾਨ ਭਰਾਵੋ, ਤੁਸੀਂ ਜਿਹੜੇ ਪੈਕਟ ਬੋਤਲ ਵੀ ਦੇਖੇ ਹੋਣੇ ਆ, ਜਾਂ ਤੁਸੀਂ ਮਾਰਕੀਟ ਦੇ ਵਿੱਚ ਜਾਂ ਉਹ ਤੁਸੀਂ ਕਿਸੇ ਸੜਕ ਦੇ ਕਿਨਾਰੇ ਜੂਸ ਪੀਂਦੇ ਹੋ, ਤਾਂ ਗੰਨੇ ਦਾ ਰਸ ਕੱਢ ਕੇ ਉਹਦੇ ਵਿੱਚ ਬਰਫ਼ ਪਾ ਕੇ ਠੰਡਾ ਕੀਤਾ ਜਾਂਦਾ, ਜਿਹੜਾ ਕਿ ਇੱਥੇ ਕੰਮ ਨਹੀਂ ਕੀਤਾ ਜਾਂਦਾ। ਮੈਂ ਫਿਰ ਦੁਬਾਰਾ ਆਪਣੇ ਪੇਜ 'ਤੇ ਪੋਸਟਾਂ ਸਾਂਝੀਆਂ ਕਰਦਾ ਰਹਿੰਦਾ ਕਿ ਬੜੇ ਬੜੇ ਕ੍ਰਿਕਟ ਖਿਡਾਰੀ, ਬੜੇ ਬੜੇ ਫਿਲਮੀ ਸਟਾਰ ਆ ਜਿਹੜੇ ਕੋਕਾ ਕੋਲਾ ਜਾਂ ਫਰੂਟੀਆਂ ਨੂੰ ਉਹ ਪ੍ਰਮੋਟ ਕਰਦੇ ਆ ਕਰੋੜਾਂ ਰੁਪਈਆ ਲੈ ਕੇ, ਪਰ ਗੰਨੇ ਨੂੰ ਕੋਈ ਪ੍ਰਮੋਟ ਨਹੀਂ ਕਰਦਾ ਨਾ ਉਹਦੀ ਪ੍ਰਮੋਸ਼ਨ ਦਾ, ਫਾਰਮਰਾਂ ਕੋਲੇ ਪੈਸਾ। ਪਰ ਜਿਹੜੇ ਵੀਰਾਂ ਨੇ ਇਹੋ ਜਿਹਾ ਕੰਮ ਕੀਤਾ ਹੋਇਆ ਤਾਂ ਆਪਾਂ ਨੂੰ ਸਾਰਿਆਂ ਨੂੰ ਮਿਲ ਕੇ ਉਹਨਾਂ ਨੂੰ ਸਪੋਰਟ ਕਰਨੀ ਚਾਹੀਦੀ ਆ, ਉਹਨਾਂ ਦੇ ਕੰਮ ਨੂੰ ਹੱਲਾਸ਼ੇਰੀ ਦੇਣੀ ਚਾਹੀਦੀ ਆ। ਅਤੇ ਬਾਈ ਜੀ, ਕਿਸ ਤਰ੍ਹਾਂ ਦੀ ਪਬਲਿਕ ਤੁਹਾਨੂੰ ਜ਼ਿਆਦਾ ਚਾਹੁੰਦੀ ਆ, ਇਸ ਤਰ੍ਹਾਂ ਦੀ ਮੰਨ ਲਓ ਵੀ ਸ਼ਹਿਰੀ ਜਾਂ ਅਰਬਨ ਤੁਹਾਨੂੰ ਪਬਲਿਕ ਜ਼ਿਆਦਾ? ਸਰ ਸਾਰੀ ਦੋਨੇ ਵਧੀਆ ਉਹ ਕਰਦੇ ਆ, ਸ਼ਹਿਰੀ ਵੀ ਵਧੀਆ ਕਰਦੇ ਆ ਅਤੇ ਪਿੰਡੂ ਵੀ, ਪਿੰਡਾਂ ਦੇ ਵੀ ਆਪਣੇ ਵਧੀਆ ਆ ਕੇ ਪੀ ਕੇ ਜਾਂਦੇ ਸਾਰੇ, ਅਲੱਗ ਕਹਿੰਦਾ ਅਲੱਗ ਤੋਂ ਚੀਜ਼ ਮਿਲਦੀ ਆ, ਕੋਈ ਮੱਖੀ ਮੱਛਰ ਨਹੀਂ, ਸਾਰਾ ਅੰਦਰੋਂ ਬੰਦ ਆ ਜੀ, ਹਾਈਜੈਨਿਕ ਆ, ਨਾ ਕੋਈ ਬਰਫ਼ ਵਿੱਚ ਪਾਉਣੀ ਆ, ਠੀਕ ਆ, ਪੂਰਾ ਵਧੀਆ ਮਿਲਦਾ ਜੂਸ ਪਿਓਰ, ਅਤੇ ਗੰਨੇ ਨੂੰ ਵੀ ਪੂਰਾ ਚੰਗੀ ਤਰ੍ਹਾਂ ਪਹਿਲਾਂ ਸਾਫ਼ ਕੀਤਾ ਜਾਂਦਾ, ਜੇ ਜਿਹੜਾ ਕਾਣਾ ਹੁੰਦਾ ਗੰਨਾ ਉਹਨੂੰ ਕੱਟ ਕੇ ਘਰੀ ਕੱਢ ਦਿੰਦੇ ਆ। ਹਾਂਜੀ, ਪੂਰਾ ਸਾਫ਼ ਸੁਥਰਾ ਗੰਨਾ ਜੀ, ਵਿੱਚ ਪੂਰਾ ਵਧੀਆ ਟਰਾਲੀ
ਸਿੱਧਾ ਜਿੱਥੇ ਜਾ ਕੇ ਚੀਜ਼ ਕੰਜ਼ਿਊਮ ਹੋਣੀ ਆ, ਜਿੱਥੇ ਜਾ ਕੇ ਐਂਡ ਕਸਟਮਰ ਕੋਲ ਕੋਈ ਚੀਜ਼ ਜਾਣੀ ਆ, ਤਾਂ ਉਸ ਚੀਜ਼ ਦੇ ਵਿੱਚ ਤੁਹਾਨੂੰ ਬੈਨੀਫਿਟ ਜ਼ਿਆਦਾ ਮਿਲ ਸਕਦਾ। ਮਾਰਕੀਟ ਦੇ ਵਿੱਚ ਜਿੰਨਾ ਵੀ ਸੰਘਰਸ਼ ਕਰਨ ਦੀ ਲੋੜ ਆ, ਜਿਹੜੇ ਕਿਸਾਨ ਸੰਘਰਸ਼ ਕਰ ਰਹੇ ਉਹਨਾਂ ਨਾਲ ਅਸੀਂ ਤੁਹਾਨੂੰ ਮਿਲਾਉਂਦੇ ਰਹਿੰਦੇ ਹਾਂ। ਅਤੇ ਬਾਈ ਜੀ ਨਾਲ ਅੱਜ ਆਪਾਂ ਮਿਲਣ ਲਈ ਆਏ ਹੋਏ, ਜਿਹੜੇ ਤੁਸੀਂ ਗੱਲਾਂ ਬਾਤਾਂ ਇੰਟਰਵਿਊ ਦੇ ਵਿੱਚ ਸੁਣੀਆਂ, ਤੁਹਾਡੇ ਸਵਾਲ ਜਵਾਬ ਵੀ ਹੋਣਗੇ, ਤਾਂ ਜਿੱਥੋਂ ਵੀ ਜਿਹੜੇ ਵੀਰ ਨੇੜੇ ਦੇ ਏਰੀਏ ਦੇ ਇਸ ਲੋਕੇਸ਼ਨ ਦੇ ਬਿਲੋਂਗ ਕਰਦੇ ਆ, ਸਰਹੰਦ ਤੋਂ ਪਟਿਆਲਾ ਰੋਡ ਦੇ ਉੱਤੇ, ਸਰਹੰਦ ਦੇ ਵਿੱਚ ਹੀ ਇਹ ਦਿੱਲੀ ਹਾਈਵੇ ਦੇ ਟੀ ਪੁਆਇੰਟ ਦੇ ਉੱਤੇ ਜਿਹੜਾ ਇਹਨਾਂ ਨੇ ਲੋਕੇਸ਼ਨ 'ਤੇ ਕੰਮ ਕੀਤਾ ਹੋਇਆ, ਤੁਸੀਂ ਇਹਨਾਂ ਵੀਰਾਂ ਨੂੰ ਮਿਲ ਕੇ ਜ਼ਰੂਰ ਜਾਇਓ ਅਤੇ ਹੌਸਲਾ ਅਫਜਾਈ ਕਰਿਓ। ਬ੍ਰਦਰ, ਤੁਸੀਂ ਜਿਹੜੇ ਫਾਰਮਰ ਤੁਹਾਨੂੰ ਦੇਖ ਕੇ ਕੋਈ ਕੰਮ ਸ਼ੁਰੂ ਕਰਨਾ ਚਾਹੁੰਦਾ ਜਾਂ ਕੋਈ ਜਾਣਕਾਰੀ ਲੈਣਾ ਚਾਹੁੰਦਾ, ਤਾਂ ਉਹਨਾਂ ਲਈ ਤੁਸੀਂ ਕੀ ਕਹਿਣਾ ਚਾਹੋ? ਜ਼ਰੂਰ ਆ ਕੇ ਕੋਈ ਵੀ ਆ ਸਕਦਾ ਜੀ, 5-10 ਦਿਨ ਲਾ ਕੇ ਕੰਮ ਵੀ ਸਿੱਖ ਸਕਦਾ। ਠੀਕ ਹੈ ਜੀ, ਮੈਂ ਵੀ ਸੰਦੀਪ ਤੋਂ ਸਿੱਖ ਕੇ ਆਇਆ। ਠੀਕ ਹੈ, ਇੱਥੇ ਆ ਕੇ ਹੁਣ ਇੱਕ ਮੁੰਡੇ ਨੇ ਹੋਰ ਨੇ ਕਰ ਰਿਹਾ ਜੀ, ਉਹਦੀ ਟਰਾਲੀ ਦਾ ਕੰਮ ਚੱਲ ਰਿਹਾ, ਉਹ ਵੀ ਕਹਿੰਦਾ ਮੈਂ ਆਉਣ ਲੱਗਣਾ 2-3 ਦਿਨਾਂ ਤੱਕ। ਠੀਕ ਹੈ ਜੀ, ਮੁੰਡੇ ਵਧੀਆ ਆ ਕੇ, ਕੰਮ ਔਖਾ ਨਹੀਂ ਹੈਗਾ? ਨਹੀਂ, ਕੰਮ ਔਖਾ ਬਹੁਤ ਆ। ਠੀਕ ਹੈ, ਹਾਂ, ਹਾਰਡ ਵਰਕ ਬਹੁਤ ਆ, ਹੁਣ ਗੰਨਾ ਪਹਿਲਾਂ ਲੈ ਕੇ ਆਉਣਾ, ਫਿਰ ਧੋਣਾ ਇਹਨੂੰ ਸਾਫ਼ ਸੁਥਰਾ, ਫਿਰ ਟਰਾਲੀ ਨੂੰ ਵੀ ਜਾ ਕੇ ਸਾਹਮਣੇ, ਐਂ ਤਾਂ ਨਹੀਂ ਵੀ ਆਪਣੇ ਐਂ ਦੇਖਣ ਨੂੰ ਸੋਹਣੀ ਲੱਗਦੀ ਹੈ ਵੀ ਹਾਂ ਖੜੇ ਹਾਂ ਵਿਹਲੇ ਏਸੀ 'ਚ, ਅਤੇ ਫਿਰ ਚਿੱਟੇ ਪਾਉਣ ਦਾ ਟਾਈਮ ਲੱਗਦਾ ਨਹੀਂ ਹੋਣਾ? ਨਹੀਂ ਨਹੀਂ, ਚਿੱਟੇ ਟਪਾਉਣ ਦਾ ਨਹੀਂ ਟਾਈਮ ਲੱਗਦਾ ਜੀ, ਆਹ ਵੀ ਮੈਂ ਅੱਜ ਡਿਊਟੀ ਜਾਣਾ ਜੀ ਤਾਂ ਥੋੜ੍ਹਾ ਜਿਹਾ ਉਹ ਕਰੀ ਬੈਠੇ ਜੀ। ਹਾਂਜੀ ਹਾਂ, ਪਰ ਐਂ ਵੀ ਕੰਮ ਦਾ ਪੂਰਾ ਸਵਾਦ ਆਉਂਦਾ ਜੀ ਕਰਨ ਦਾ, ਵਧੀਆ, ਮਤਲਬ ਮਿਹਨਤ ਦਾ ਮੁੱਲ ਪੈਂਦਾ। ਹਾਂ, ਮਿਹਨਤ ਦਾ ਮੁੱਲ ਪੂਰਾ ਪੈਂਦਾ ਜੀ, ਨੌਕਰੀ ਮਤਲਬ ਕਿ ਆਪਾਂ ਇਹ ਕਹਿ ਸਕਦੇ ਹਾਂ ਵੀ ਜਿਹੜਾ ਫਾਰਮਰ ਜਿਹਦੇ ਕੋਲ ਉਹ ਆਪਾਂ ਕਹਿੰਦੇ ਹੁੰਦੇ ਵੀ ਜ਼ਿਆਦਾਤਰ ਫਾਰਮਰ 2.5 ਕਿੱਲਿਆਂ ਵਾਲੇ ਆ, ਅਤੇ ਜੇ 2.5 ਕਿੱਲੇ ਵਾਲਾ 15 ਲੱਖ ਰੁਪਏ ਲਾ ਕੇ ਕੈਨੇਡਾ ਜਾਂਦਾ, ਉਹਦੇ ਨਾਲ ਕੰਮ ਵਧੀਆ, ਉਹਦੇ ਨਾਲੋਂ ਬਹੁਤ ਜ਼ਿਆਦਾ ਵਧੀਆ ਜੀ, ਬਹੁਤ ਜ਼ਿਆਦਾ ਵਧੀਆ। ਠੀਕ ਹੈ ਕਿਸਾਨ ਭਰਾਵੋ, ਇਹ ਗੱਲ ਬਹੁਤ ਵੱਡੀ ਹੈ ਕਿ ਜਿਹੜੇ ਫਾਰਮਰ, ਕਿਉਂਕਿ ਮਜਬੂਰੀਆਂ ਬਣੀਆਂ ਹੋਈਆਂ, ਸਰਕਾਰਾਂ ਨੇ ਨੀਤੀਆਂ ਇਸ ਤਰ੍ਹਾਂ ਬਣਾ ਰੱਖੀਆਂ ਕਿ ਆਪਾਂ ਉਹਨਾਂ ਖੁਦ ਆਪਣੇ ਇੱਥੇ ਰਹਿਣ ਨੂੰ ਜੀ ਨਹੀਂ ਕਰਦਾ ਹੈਗਾ, ਪਰ ਜਿਹੜੇ ਵੀਰ ਆਪਦੇ ਪਰਸਨਲੀ ਮਿਹਨਤ ਦੇ ਨਾਲ ਤਜਰਬੇ ਨਾਲ ਇਹ ਕੰਮ ਕਰ ਰਹੇ, ਉਹਨਾਂ ਨੂੰ ਸਲੂਟ ਆ, ਅਤੇ ਬਾਈ ਤੁਸੀਂ ਸਮਾਂ ਕੱਢਿਆ, ਤੁਹਾਡਾ ਬਹੁਤ ਬਹੁਤ ਧੰਨਵਾਦ। ਠੀਕ ਹੈ, ਧੰਨਵਾਦ, ਥੈਂਕ ਯੂ।